ਭਾਜਾ ਕਹਿੰਦੇ ਵੋਟ ਨਹੀਂ ਪਾਣਾ ਵੋਟ ਪਾਓ ਨਵਾਜ਼ ਸ਼ਰੀਫ ਨੂੰ ਭਾਜੀ ਆਹੋ ਜਿੰਨੇ ਸਾਰੀ ਦੁਨੀਆ ਨੂੰ ਸਵਾ ਰਿਹਾ कोई माइदा लाल नहीं बिछा सकता चाइना भी बिछाता हां जी इंडिया भी बिछाता जाल अमरीका भी हां जी कनाडा उथे ऑस्ट्रेलिया भी पीछे है दुबई बनाता हां जी जो असी नहीं कहंदे के फलाना सही है ढिंगड़ा सही है लेकिन जो काम उन्होंने किया ना अभी सही कहने जो भी सड़कों का जाल बिछाया जो कुछ बिछाया और असि तो यही वेखना बस लोरों बार नहीं जाते लोरों बार उन्हें की नहीं किया सब कुछ सही किया लोरों बार जो सड़क वेखी जाए हाँ जी कितने कितने हर जगह से गए कितने कितने फैसलाबाद गए बेहतरीन इतने चले जो बत्ती चौंक हम कैसा उन्हें करता कमाल हो गया हाँ जी कर सकता कोई वोट से जरदा ही पक्का पक्का वो पाइन वोट फेरदा पाइनो दे सकते ने लेकिन कितनी सर्दी है बिल दे दे के पागल हो गए बिजली गैस पानी ठीक है ये देखो बिल आंदा नहीं नहीं ऊपर बिजली ਤੁਹਾਡੀ बिल आंदा गैस ही ऊपर मेनू पता है आंदा ਸਾਨੂੰ ਰੁਪਿਆ ਲੱਖ ਮਹੀਨੇ ਦਾ ਘਰ ਬੈਠਿਆ ਵੀ ਆਉਂਦਾ ਮੈਨੂੰ ਪਤਾ ਸਭ ਕੁਝ ਹੀ ਆਉਂਦਾ ਐ ਵੇਖਿਆ ਸ਼ੁਕਰ ਹੈ ਅੱਲਾ ਦਾ ਐ ਵੇਖਿਆ ਚਾਚੇ ਦੀ ਮੌਜ ਲੱਗੀ ਤਦ ਹਾਂਜੀ ਚਾਚੇ ਦੇ ਮਾਮਲਾ ਠੀਕ ਨੇ ਹਾਂਜੀ ਤੇ ਲੱਖ ਰੁਪਿਆ ਕਿੱਥੋਂ ਹੁੰਦਾ ਹੈ ਕੰਮ ਕਰੀਦਾ ਹੈ ਤੇ ਇਹ ਭਾਈਆਂ ਨੂੰ ਕਹੋਗੇ ਵੀ ਕੰਮ ਕਰੇ ਕਰੇ ਕੰਮ ਨਹੀਂ ਕਰਦਾ ਉਹ ਵੀ ਕੰਮ ਕਰਦਾ ਪਿਆ ਅਸਤਾਬਲੀ ਭਾਈ ਜਾਨ ਵਾਲੇਕੁਮ ਸਲਾਮ ਖੈਰੀਅਤ ਹੈ ਅੱਲਾ ਦਾ ਸ਼ੁਕਰ ਆਪਕਾ ਯਾਰ ਰੰਗ ਕਾਲਾ ਲੈਣਾ ਜਾਂ ਬ੍ਰਾਊਨ ਲੈਣਾ ਭਾਈ ਨੇ ਹਾਲਾਤ ਹੀ ਇਹੋ ਜਿਹੇ ਨੇ ਹਰ ਚੀਜ਼ ਉੱਡੀ ਪੁੱਡੀ ਏ ਇਸ ਲਈ ਮੈਂ ਮਿਕਸ ਕੀਤਾ ਕਿ ਪਰੇਸ਼ਾਨੀ ਵੀ ਤੇ ਖੁਸ਼ਹਾਲੀ ਵੀ ਏ ਹੈਪੀ ਹੈਪੀ ਐਵਰੀਥਿੰਗ ਕੀ ਖਿਆਲ ਲੈਕਚਰ ਆ ਗਿਆ ਹਾਂਜੀ ਆਂਦਾ ਹਰ 5 ਸਾਲ ਬਾਅਦ ਆਂਦਾ ਕੋਈ ਨਾ ਕੋਈ ਅੱਛੀ ਗੱਲ ਹੈ ਨਾ ਤੁਹਾਨੂੰ ਮੈਨੂੰ ਮੌਕਾ ਲੱਭਦਾ ਵੋਟ ਪਾਣ ਦਾ ਮੌਕਾ ਤੇ ਲੱਭਦਾ ਉਹਦਾ ਫਾਇਦਾ ਵੀ ਹੋਣਾ ਚਾਹੀਦਾ ਬਸ ਹਾਂ ਫਾਇਦਾ ਹੋਣਾ ਚਾਹੀਦਾ ਠੀਕ ਗੱਲ ਹੈ ਡਿਬੇਟੇਬਲ ਇਸ਼ੂ ਹੈ ਕਿ ਫਾਇਦਾ ਹੁੰਦਾ ਹੈ ਕਿ ਨਹੀਂ ਹੁੰਦਾ ਫਾਇਦਾ ਹੁੰਦਾ ਹੈ ਕਿ ਨਹੀਂ ਇਹ ਠੀਕ ਗੱਲ ਹੈ ਕੋਈ ਫਾਇਦਾ ਹੋਇਆ ਪਿਛਲੇ ਇਲੈਕਸ਼ਨ ਦਾ ਬੜਾ ਫਾਇਦਾ ਹੋਇਆ ਮਾਸ਼ਾਅੱਲਾ ਇਹ ਹੁਣ ਇਲੈਕਸ਼ਨ ਆ ਰਿਹਾ ਫਿਰ ਹੁਣ ਵੀ ਉਮੀਦ ਹੈ ਫਾਇਦਾ ਤੇ ਹੋਏਗਾ ਉਮੀਦ ਤੇ ਦੁਨੀਆ ਗਾਇਮ ਹੈ ਸਰ ਬੇਸ਼ੱਕ ਹੈ ਜੀ ਵੋਟ ਕਿਨੂੰ ਪਾਓਗੇ ਇਨਸ਼ਾਅੱਲਾ ਨੂਨ ਲੀਗ ਨੂੰ ਪਾਏ ਫੇਰ ਨਾ ਕੀ ਵਜ੍ਹਾ ਕਿ ਨੂਨ ਲੀਗ ਨੂੰ ਨੂਨ ਲੀਗ ਦੀ ਵਜ੍ਹਾ ਕੋਈ ਨਹੀਂ ਭਾਈ ਨੇ ਇਸਤਕਾਮ ਲਿਆ ਸਕਦੀ ਹੋ ਮੁਲਕ ਨੂੰ ਹਾਂਜੀ ਕਾਰੋਬਾਰੀ ਬੰਦਾ ਹੈ ਸਾਡਾ ਮੁਲਕ ਕਾਰੋਬਾਰ ਦੇ ਸਿਰ ਤੇ ਕਾਮਯਾਬ ਹੈ ਕੋਈ ਵੀ ਮੁਲਕ ਕਾਰੋਬਾਰ ਦੇ ਸਿਰ ਤੇ ਕਾਮਯਾਬ ਹੈ ਇਕਨੋਮੀ ਜਲਦੀ ਟ੍ਰੇਡ ਤੇ ਹੁਣ ਅਸੀਂ ਅਗਰ ਕਹੀਏ ਕਿ ਉਹ ਖਾਂਦੇ ਨੇ ਲੁੱਟਦੇ ਨੇ ਤੇ ਭਾਈ ਨੂੰ ਕੋਈ ਵੀ ਮਾਫੀ ਨਹੀਂ ਦਿੰਦਾ ਨਹੀਂ ਖਾਂਦੇ ਹਨ ਉਹਨਾਂ ਤੇ ਭਾਈ ਖਾਂਦੇ ਹਨ ਉਹਨਾਂ ਦਾ ਹੱਕ ਹੈ ਮੇਰੇ ਖਿਆਲ ਤੇ ਸਿਆਸਤਦਾਨਾਂ ਇਹਨਾਂ ਕੋ ਹੱਕ ਹੈ ਕਿ ਖਾਣਾ ਚਾਹੀਦਾ ਹੈ ਉਹ ਅੱਲਾ ਦੇ ਬੰਦੇ ਆ ਕਿਹੜੇ ਮੁਲਕ ਦੇ ਸਿਆਸਤਦਾਰਾਂ ਦਾ ਹੱਕ ਹੈ ਖਾਣਾ ਇਹ ਸਾਡੇ ਮੁਲਕ ਤੇ ਭਾਈ ਹੈ ਵੀ ਕਿਉਂਕਿ ਐਸਾ ਕੋਈ ਵੀ ਤੁਸੀਂ ਕੋਈ ਵੀ ਇਹ ਘੁੰਮਦੇ ਯਾਨੀ ਕਿ ਤੁਸੀਂ ਨਵਾਜ਼ ਸ਼ਰੀਫ ਸਾਹਿਬ ਦੇ ਵੋਟਰ ਹੋ ਪਰ ਤੁਸੀਂ ਕਹਿ ਰਹੇ ਹੋ ਕਿ ਉਹ ਖਾਂਦੇ ਨੇ ਉਹਨਾਂ ਦਾ ਹੱਕ ਹੈ ਹੱਕ ਕਿਉਂ ਕਿਉਂਕਿ ਉਹ ਲਾਂਦੇ ਵੀ ਨਹੀਂ ਬੋਝੇ ਜੋ ਲਾਂਦੇ ਨੇ ਸਾਡਾ ਹੀ ਲਾਣਾ ਉਹਨਾਂ ਨੇ ਤੇ ਫਿਰ ਖਾਂਦੇ ਕਿਉਂ ਨੇ 50% ਕਮਾਣਾ 5% ਵਾਂ ਤੇ ਲਾ ਦੋ ਕੋਈ ਇਸ਼ੂ ਨਹੀਂ ਹੈ 50% ਕਮਾਉਂਦੇ ਨੇ 5% ਲਾ ਦਿੰਦੇ ਨੇ ਇਹ ਹੁਣ ਮੈਂ ਕੀ ਦਲੀਲ ਦਿਆਂ ਉਹਦਾ ਕੋਈ ਨਹੀਂ ਹੈ ਤੁਹਾਡੇ ਕੋਲ ਇਸ਼ੂ ਮੈਂ ਤਾਂ ਨਿਕ ਜਮਨ ਗੱਲ ਦੱਸਣਾ ਮੈਂ ਨਵਾਜ਼ ਸ਼ਰੀਫ ਦੇ ਹੱਕ 'ਚ ਨਹੀਂ ਮੈਂ ਇਮਰਾਨ ਖਾਨ ਦੇ ਹੱਕ 'ਚ ਨਹੀਂ ਨਾ ਪੀਟੀਆਈ ਨਾ ਨੂਨ ਲੀਗ ਨਾ ਸਲਾਮੀ ਜਮਹੂਰੀਆ ਕੋਈ ਵੀ ਆਂਦਾ ਨਾ ਉਹਨਾਂ ਨੇ ਭਾਈ ਖਾਣਾ ਹੀ ਅਸੀਂ ਆਪਣਾ ਖੂਨ ਤਿੰਨੋਂ ਤੇ ਕਸਾੜਾਂਗੇ ਸਾਨੂੰ ਤਾਂ ਸਾਰੇ ਜ਼ਹਿਰ ਲੱਗਦੇ ਸਾਨੂੰ ਡਿਸਕਰੇਜ ਕਰੋ ਡਿਸਕਰੇਜ ਕਰੋ ਸਾਨੂੰ ਅਗਰ ਮੌਕਾ ਮਿਲੇ ਨਾ ਤੇ ਜਿੰਨੇ ਵੀ ਸਿਆਸਤਦਾਨ ਹੋਣ ਅੱਲਾ ਮਾਫੀ ਦੇ ਕਲੈਨ ਤੇ ਖਿਲਾ ਕੇ ਗੋਲੀ ਮਾਰ ਦੇ ਮੈਨੂੰ ਲੇਕਿਨ ਸਾਨੂੰ ਕੋਈ ਐਸਾ ਲੀਡਰ ਕੋਈ ਪ੍ਰੋਵਾਈਡ ਕਰੇਗਾ ਕਿ ਜਿਹੜਾ ਸਾਡੇ ਇਨਸਾਨ ਆਵਾਮ ਦੇ ਹੱਕ ਦੇ ਵਾਸਤੇ ਕਰੇ ਕਹਿੰਦੇ ਨੇ ਹਜ਼ਰਤ ਉਮਰ ਵਰਗਾ ਲੀਡਰ ਆਏਗਾ ਤਾਂ ਫਿਰ ਵੋਟ ਪਾਵਾਂਗਾ ਉਹਦੇ ਵਾਸਤੇ ਮਾਂ ਵੀ ਤਾਂ ਹਜ਼ਰਤ ਉਮਰ ਵਰਗੀ ਚਾਹੀਦੀ ਨਾ ਉਹ ਜੇ ਸਫੇਦ ਪੋਸ਼ ਉਹ ਜੇ ਸਾਦੇ ਲੋਕ ਤੇ ਚਾਹੀਦੇ ਨੇ ਅੱਲਾ ਤੁਹਾਡਾ ਭਲਾ ਮੈਂ ਇੱਥੇ ਕੁਝ ਹੋਰ ਆ ਮੇਰੇ ਪਿੱਛੇ ਕੁਝ ਹੋਰ ਹੈ ਬਿਲਕੁਲ ਠੀਕ ਆ ਸਾਨੂੰ ਉਸ ਇਸਲਾਮੀ ਜਮਹੂਰੀਅਤ ਤੁਸੀਂ ਬਹੁਤ ਪਿੱਛੇ ਚਲੇ ਗਏ ਆ ਜਿਹੜਾ ਸਲਤਨਤ ਦੀਆਂ ਤੀਆਂ ਗੱਲਾਂ ਕਰਨੇ ਸਾਡੇ ਕੋਲ ਤੁਸੀਂ ਸੋਚ ਬੰਦਾ ਇਕੱਠਾ ਕਰ ਲਓ ਨਾ ਭਾਈ ਐਸ ਐਮ ਮੌਕਾ ਹੈ ਵੀਡੀਓ ਦੇ ਉੱਤੇ ਸਾਹਮਣੇ ਕੈਮਰੇ ਤੇ ਹਰ ਬੰਦਾ ਉਹ ਦਲੀਲ ਦੇਗਾ ਯਾਰ ਇਹਦੇ ਜਿੰਨਾ ਪਾਕ ਸਾਹਿਬ ਬੰਦਾ ਹੀ ਕੋਈ ਨਹੀਂ ਹੈਗਾ ਠੀਕ ਗੱਲ ਹੈ ਮੈਂ ਮੁਤਫਕ ਤੇ ਫਿਰ ਖਰਾਬੀ ਕਿੱਥੇ ਵੇ ਤੁਹਾਡੇ ਵੀਰੇ ਚ ਵੀ ਫਿਰ ਭਾਈ ਬਸ ਇਹੀ ਗੱਲ ਹੈ ਸੀ ਆਪਣਾ ਮੈਂ ਤਾਂ ਮੰਨਦਾ ਇਸ ਚੀਜ਼ ਕਿ ਸੀ ਆਪ ਗਲਤ ਆ ਮੈਂ ਤਾਂ ਮੰਨਦਾ ਕਾਰੋਬਾਰ ਕਰਨਾ ਨਾ ਭਾਈ ਨੇ ਤੇ ਕਮਾਈ ਵਾਸਤੇ ਦੁਕਾਨਾਂ ਖੋਲੀਆਂ ਨੇ ਕਮਾਈ ਵਾਸਤੇ ਕਰਨੇ ਆ ਹੱਕ ਲਾਲ ਦੀ ਵੀ ਹੱਕ ਲਾਲ ਦੀ ਭਾਈ ਨਾ ਕਸ ਭਾਈ ਨਾ ਤੁਸੀਂ ਵੀ ਸਮਝਦਾਰ ਹੋ ਅਸੀਂ ਵੀ 12 ਦੀ ਵੇਚ ਲਓ 13 ਦੀ ਵੇਚ ਲਓ 13 ਦੀ ਵੇਚ ਲੋ ਲੇਕਿਨ ਅਸੀਂ ਕਹਿੰਦੇ ਕਿ 20 ਦੀ ਵੇਚ ਉਹਦੀ ਰੀਜ਼ਨ ਇੱਕ ਦੁਕਾਨ ਹੈ ਭਾਈ ਨਾ ਇਹਦਾ ਚਾਹੀਦਾ ਸਭ ਪ੍ਰਾਪਰਟੀ ਸਾਡੇ ਮੁਲਕ 'ਚ ਇੱਕ ਪ੍ਰਾਪਰਟੀ ਦਾ ਐਸਾ ਨਿਜ਼ਾਮ ਬਣਾਉਣਾ ਚਾਹੀਦਾ ਜਿੱਥੇ ਪ੍ਰਾਪਰਟੀ ਦਾ ਕਮ ਸੇ ਕਮ ਐ ਨਹੀਂ ਕਿ ਰੋਡ ਤੇ ਵੀ 5 ਮਰਲੇ ਜਗ੍ਹਾ ਤੇ ਉਹਦਾ 50 ਲੱਖ ਰੁਪਈਆ ਥੋੜੀ ਬੈਕਵਰਡ ਤੇ ਤਾਂ ਇਹ ਠੀਕ ਇਹਨੂੰ ਮਤਵਾਤਰ ਬਾਜ਼ਾਰਾਂ ਦੇ ਵਿੱਚ ਇੱਕ ਐਸਾ ਕਾਨੂੰਨ ਨਾਫਜ਼ ਕੀਤਾ ਜਾਣਾ ਐਸੀ ਸਕਿਉਰਿਟੀ ਬਣਾਉਣੀ ਚਾਹੀਦੀ ਕਿ ਇੱਕ ਬਾਜ਼ਾਰ ਦੀ ਲਿਮਟ ਹੋਵੇ ਬਾਜ਼ਾਰ ਤੇ ਦੁਕਾਨਾਂ ਦਾ ਕਿਰਾਏ ਕੁਝ ਉਸ ਲਿਮਟ ਦੇ ਹੋਣ ਲੱਖ ਰੁਪਏ ਅਗਰ ਭਾਈ ਨੇ ਕਿਰਾਇਆ ਕਰਨਾ ਤਾਂ ਮੇਰਾ ਨਹੀਂ ਖਿਆਲ ਕਿ 100 ਰੁਪਏ ਜਾਂ 50 ਰੁਪਏ ਜੋੜੇ ਮਗਰ ਰੱਖ ਕੇ ਨਿਕਲਣਗੇ ਠੀਕ ਹੈ ਮੁਤਫਿਕ ਹਾਂ ਮੈਂ ਤੁਹਾਡਾ ਮੁਤਫਿਕ ਹਾਂ ਇਹ ਪ੍ਰੋਬਲਮ ਤੇ ਹੈ ਨੇ ਰਾਜੂ ਅਸਲਾਮ ਅਲੈਕਮ ਵਾਲੇਕਮ ਸਲਾਮ ਵੀਰ ਠੀਕ ਹੈ ਖੈਰੀਅਤ ਅਲਹਮਦੁਲਿਲਾ ਅੱਜ ਤਾਂ ਕਾਰੋਬਾਰ ਹੈ ਕਿ ਬਾਬਾ ਹਾਂਜੀ ਕਾਰੋਬਾਰ ਹੈ ਜੀ ਰੋਟੀ ਤਿੰਨ ਵਕਤ ਦੀ ਪੂਰੀ ਹੋ ਜਾਂਦੀ ਹੈ ਸ਼ੁਕਰ ਇੱਜ਼ਤ ਤੇ ਰੋਟੀ ਪੂਰੀ ਕਰਦੇ ਨਾ ਆ ਜ਼ਿਲ੍ਹਾ ਜ਼ਿਲ੍ਹਾ ਸਗਰਾ ਦੇਣਾ ਪੜਤਾ ਇੱਜ਼ਤ ਸੇ ਰੋਟੀ ਖਾ ਲੈਤੇ ਹੈ ਅੱਲਾਹੁ ਅਕਬਰ
शर्म आती है वोट डालते हुए, किसको वोट डाल रहे? ये लोग अपना नुकसान करेंगे आम के फायदे के लिए, इनके खरबों डॉलर बैंक में बढ़े हैं, नवाज शरीफ, इमरान खान, जरदारी, बिलावल, ये डॉलर का रेट नीचे करेंगे इनका तो अटैक हो जाएगा, खरबों डॉलर है इनके, ये रेट कर 200 से नीचे लाएंगे, लाएंगे तो ये मर जाएंगे सारे, ये वाम को मारेंगे, वोट देकर भी मारना, विदाउट वोट भी इन्होंने मारना, इन्होंने वाम को मारने मारना तो निजाम बदलेगा, और निजाम कैसे बदलेगा, कोई आगे नजर आया जिसने निजाम बदला? बदलने वाला कोई नहीं है, मौलवी सिराजुल हक साहब जो है दाढ़ी वाले, उनको जमात इस्लामी, हाँ जमात रहमान साहब, फजल रहमान साहब इतने अमीर बन रहे हैं कि आप सोच भी नहीं सकते, मौलवी आदमी है क्या, अमीर आदमी, मौलवी आदमी है, मदरसा अल्लाह के साथ मामला है उनका, वो मामला वो तो बदमाशी करते हैं सीधी सीधी, वो अच्छे आदमी है। चला जी, अगर अच्छे आदमी होंगे तो जमीर मांगे मानेगा तो इंशाल्लाह आपके, तो पूछ रहा हूँ जमीर क्या मानता है, अगर कोई ऐसा बंदा जेन में आ गया तो जरूर डालेंगे, नवाज शरीफ साहब, इमरान खान साहब, नवाज शरीफ बेहतर है बंदा, कुछ इन सब में से अल्लाह ने कहा जब सारे ही बुरे हो जाए ना, उनमें से जो कम बुरा हो उसको वोट डाल दे, तो मैं नवाज शरीफ को डाल दूंगा, अल्लाह आपके बरकत दे, नवाज शरीफ को डाल दूंगा, बिस्मिल्लाह वालेकुम, अल्हम्दुलिल्लाह, माशाल्लाह रौनक तो है आज आप कारोबार, अल्लाह का शुक्र है जी, चले अल्लाह पाक कैसे, अल्लाह ने जेड़ा रिज़्क लिखा है देना ही देना, मजीद बढ़ाए अल्लाह, हां अल्लाह में मजीद बरकत दे, इलेक्शन आ रहा है, हां जी 18 माशाल्लाह 18 किनु पाया जी, जी जी 18 किनु वोट पाया जी, वोट तो साडा शुरू तो एक ही है, बचपन तो, बचपन तो, बचपन तो ही एक, फिर शेर दा होएगा, बचपन दे जदों दा शनाती कार्ड बणया होंदा ना वोट शेर दा होएगा, नहीं वोट तो हैगा ही शेर दा, ओही मैं कहना जे बचपन दी गल कर, वोट ते जेड़ा ना ओ ते असी जेड़ा साडे पाकिस्तान वास्ते अच्छे काम करेगा असी तो उहनूं, क्योंकि किन्ने अच्छे काम कीते साडे मियां साहब ने, अजे ते मियां साहब नूं सलूट मारने आ, और नाले 2024 दी मुबारकबाद देने आ, अल्लाह ताला उहनां दी जिंदगी करे, और अल्लाह ताला मदीद पाकिस्तान दी भी खैर करे, और पाकिस्तान अल्लाह ताला अपनी पनाह च रखे, और अल्लाह ताला ला इलाहा इल्लल्लाह दा मान वधाई रखे, ये चीज़ के नाल असी ते एक चीज़ जानने बस कि ये पाकिस्तान वास्ते जिन्ना क मियाँ साहब ने तकलीफा सहियां ने, अल्लाह ताला उन्हां दा अजर उन्हां नूं देगा, क्योंकि अल्लाह दे घरों होके आए ने इंशाल्लाह ताला, हाँ जी मैं 4 मरतबा गया हूँ, अल्लाह पाक आपको फिर लेके जाए, मैं तो यही जानता हूँ कि मैं उनके लिए दुआएं मांगता हूँ कि अल्लाह ताला उनको और लंबी जिंदगी दे, और पाकिस्तान के लिए अच्छे काम करके दिखा दे, शुक्रिया, क्योंकि ये जो आवाम है ना आजकल की, ये जो कभी इधर नहीं, इनको सोचना चाहिए कि हमारा अच्छा लीडर कौन सा है, हमें किसी को चुनना है, ये अल्लाह ताला ने इनको दोबारा भेजा है, और इनकी अल्लाह ताला की बहुत मेहरबानी है, और इनकी भी मेहरबानी है, आप अच्छे अच्छे काम करके दिखाएं और पाकिस्तान को जिंदाबाद करें, अज़ावरी भाईजान खैरियत है, अल्हम्दुलिल्लाह ठीक है, अल्लाह का शुक्र, रश तो काफी है आज, हाँ जी रश ही रश है, बस काम नहीं है, तो ये कौन है इतने लोग वेलर लोग हैं, मैं प्रिंटर ना आज मैंने, बस आपके सामने ही है, कस्टमर आता है देखता है महंगाई इतनी है, वो देख के वापस चले जाते हैं, 850 रुपए का जूता, और आपने साथ ये भी लिख दिया ना खरीदा हुआ माल वापस वापस नहीं है, चेंजिंग हो जाती है, वापस नहीं है, वापस और तब्दील ना होगा, आपने तब्दील भी लिखा नहीं, चेंज भी लिख ऐ मिटाओ फिर तब्दील, वो लड़के ने लिख दिया वो मिटा देंगे, सुबह लगा देंगे उसको, इलेक्शन आ रहा है, हाँ जी 8 फरवरी को जी, वोट शेर वजह शुरू से शेर को डाला, वजह काम करवाते हैं ना, वो सारा काम करवाते हैं, हर चीज़ करवाते हैं, इसलिए पक्का है तो लड़ता कौन है, वैसे भी कारोबार भी उनकी लाइन में ठीक रहता है, तो अभी शबाज शरीफ की हुकूमत थी 16 महीने, तब क्या हुआ, तब जो पीछे करके गए हैं सारा काम, वो पिछले कहते हैं नवाज शरीफ की हुकूमत वो करके गया, वो तो जाहिर सी बात है उन्होंने कहना ही है, तो फिर अपना काम को थोड़ी मानेगा वो, फिर तुम मानोगे कि शबाज शरीफ, हमने तो देखा है वो काम करते हैं, करते हैं सड़कें बनाते हैं, इन्होंने क्या किया, कुछ किया आगे, वादे किए हैं, सबसे पहले घबराना नहीं, क्या किया घबरा, सारी आवाम घबरा रही है, सारी अब देखें ना सारा कोई नजर ही आ रहा है, चलो इलेक्शन तो बाद इतना घबराओगे फिर नहीं, इंशाल्लाह अच्छे की उम्मीद, थैंक यू।